ਪੰਜਾਬ ਸਰਕਾਰ ਵੱਲੋਂ ਮਾਈਨਿੰਗ ਮਾਫੀਆ 'ਤੇ ਲਗਾਮ ਲਗਾਉਣ ਦੇ ਸਾਰੇ ਦਾਅਵੇ ਹਵਾ ਹਵਾਈ ਹੁੰਦੇ ਨਜ਼ਰ ਆ ਰਹੇ ਨੇ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਬਣਨ 'ਤੇ ਪੰਜਾਬ ਨੂੰ ਮਾਫੀਆ ਮੁਕਤ ਕਰਨ ਦਾ ਦਾਅਵਾ ਕੀਤਾ ਸੀ, ਪਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਹਾਲਾਤ ਬਦਲੇ ਨਹੀਂ ਨੇ। ਜੋ ਇਲਜ਼ਾਮ ਪਹਿਲਾਂ ਅਕਾਲੀਆਂ 'ਤੇ ਲੱਗਦੇ ਸਨ, ਉਹਨਾਂ ਇਲਜ਼ਾਮਾਂ 'ਚ ਹੁਣ ਕਾਂਗਰਸੀ ਘਿਰੇ ਹੋਏ ਨਜ਼ਰ ਆ ਰਹੇ ਨੇ। ਨਿਰਮਾਣ ਕਾਰਜ 'ਚ ਜੁਟੀ ਇੱਕ ਕੰਪਨੀ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਸੂਬੇ 'ਚ ਰੇਤਾ ਬਜਰੀ 'ਤੇ ਵਸੂਲੇ ਜਾ ਰਹੇ ਗੁੰਡਾ ਟੈਕਸ ਦਾ ਜ਼ਿਕਰ ਕਰ ਇਸ ਤੋਂ ਮੁਕਤੀ ਦਿਵਾਉਣ ਦੀ ਮੰਗ ਕੀਤੀ ਗਈ ਹੈ। ਦਰਅਸਲ ਕੰਪਨੀ ਵੱਲੋਂ ਬਠਿੰਡਾ 'ਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ 'ਚ ਉਸਾਰੀ ਕਾਰਜ ਕੀਤਾ ਜਾ ਰਿਹਾ। ਕੰਪਨੀ ਦੇ ਨੁਮਾਇੰਦੇ ਅਸ਼ੋਕ ਬੰਸਲ ਵੱਲੋਂ 22 ਫਰਵਰੀ ਨੂੰ ਲਿਖੀ ਇਸ ਚਿੱਠੀ ਨੇ ਬਜਟ ਸੈਸ਼ਨ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਸਰਕਾਰ ਦੇ ਖਿਲਾਫ ਨਵਾਂ ਹਥਿਆਰ ਦੇ ਦਿੱਤਾ ਹੈ। ਬੰਸਲ ਦੇ ਮੁਤਾਬਕ ਕਾਂਗਰਸ ਦੇ ਰਾਜ ਵਿੱਚ ਵੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ। ਕਾਂਗਰਸ ਦੇ ਰਾਜ ਵਿੱਚ ਰੇਤੇ ਬਜਰੀ ਦੀਆਂ ਕੀਮਤਾਂ ਹੋਰ ਵੱਧ ਗਈਆਂ ਨੇ ਤੇ ਉਹਨਾਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਸੈਮ ਇੰਡੀਆ ਤੇ ਨਾਰਦਰਨ ਲੌਜਿਸਟਿਕ ਨਾਮਕ ਕੰਪਨੀਆਂ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਸਬੂਤ ਦੇ ਤੌਰ ਤੇ ਆਡੀਓ ਕਲਿੱਪ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਹੈ। ਆਡੀਓ ਕਲਿੱਪ ਦੇ ਰਾਹੀਂ ਦਾਅਵਾ ਕੀਤਾ ਜਾ ਰਿਹਾ ਕਿ ਮਾਈਨਿੰਗ ਮਾਫੀਆ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਇੱਥੋਂ ਤੱਕ ਕਿ ਸੀਐਮਓ ਦਾ ਵੀ ਇਸ ਤੱਕ ਹੱਥ ਹੈ। ਅਸ਼ੋਕ ਬੰਸਲ ਮੁਤਾਬਕ 15 ਫਰਵਰੀ ਨੂੰ ਹੋਈ ਕੈਬਨਿਟ ਮੀਟਿੰਗ 'ਚ ਸੀਐਮ ਨੇ ਮਾਈਨਿੰਗ ਮਾਫੀਆ 'ਤੇ ਨਕੇਲ ਕੱਸਣ ਦੀ ਗੱਲ ਕਹੀ ਸੀ, ਪਰ ਹੋਇਆ ਕੁਝ ਨਹੀਂ। ਸ਼ਿਕਾਇਤ ਮੁਤਾਬਕ 20 ਫਰਵਰੀ ਨੂੰ ਬਾਂਗੀ ਪਿੰਡ ਦਾ ਸਰਪੰਚ ਰਮਨਦੀਪ ਸਿੰਘ ਸਿੱਧੂ ਕੰਪਨੀ ਦੇ ਦਫ਼ਤਰ 'ਚ ਆਇਆ ਅਤੇ ਧਮਕੀ ਦਿੱਤੀ ਕਿ ਉਸ ਦੀ ਇਜਾਜ਼ਤ ਦੇ ਬਿਨਾਂ ਰਿਫਾਇਨਰੀ ਤੱਕ ਕੋਈ ਵੀ ਸਮਾਨ ਨਹੀਂ ਭੇਜਿਆ ਜਾ ਸਕਦਾ। ਬੰਸਲ ਨੇ ਦਾਅਵਾ ਕੀਤਾ ਕਿ ਰਮਨਦੀਪ ਸਿੱਧੂ ਦਾ ਭਰਾ ਅਮਨਦੀਪ ਸਿੱਧੂ ਗੁੰਡਾ ਟੈਕਸ ਵਸੂਲਣ ਵਾਲਿਆਂ ਦਾ ਮੁੱਖ ਸਰਗਨਾ ਹੈ। ਅਮਨਦੀਪ ਸਿੱਧੂ, ਸਤਿਗੁਰੂ ਪੀਰ ਬਿਲਡਰ ਅਤੇ ਮਹਿੰਦਰਾ ਕੰਸਟਰਕਸ਼ਨ ਜਿਸ ਦੇ ਮਾਲਕ ਤਜਿੰਦਰ ਅਤੇ ਨਰਿੰਦਰ ਭਲੇਰੀਆ ਜੋ ਕਿ ਕਾਂਗਰਸੀ ਆਗੂ ਨੇ ਜ਼ਰੀਏ ਨੈਟਵਰਕ ਚਲਾ ਰਿਹਾ ਹੈ। ਨਰਿੰਦਰ ਭਲੇਰੀਆ ਰਾਮਪੁਰਾ ਫੁੱਲ ਤੋਂ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਰਿਸ਼ਤੇਦਾਰ ਹੈ। ਭਲੇਰੀਆ ਵੱਲੋਂ ਬਾਕੀਆਂ ਨੂੰ ਉਹਨਾਂ ਤੋਂ ਮਹਿੰਗੇ ਭਾਅ 'ਤੇ ਸਮਾਨ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ। ਬੰਸਲ ਮੁਤਾਬਕ ਸੀਐਮ ਦਫ਼ਤਰ ਵੱਲੋਂ ਉਹਨਾਂ ਦੀ ਸ਼ਿਕਾਇਤ ਸਨਅਤ ਅਤੇ ਵਣਜ ਮਹਿਕਮੇ ਦੇ ਪ੍ਰਿੰਸੀਪਲ ਸਕੱਤਰ ਨੂੰ ਸੌਂਪੀ ਗਈ। ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਦੀ ਫਰਮ ਸੈਮ ਇੰਡੀਆ ਨੂੰ ਰਾ ਮਟੀਰੀਅਲ ਸਪਲਾਈ ਕਰਨ ਵਾਲੀਆਂ ਮੁੱਖ ਕੰਪਨੀਆਂ 'ਚੋਂ ਇੱਕ ਹੈ। ਬੰਸਲ ਨੇ ਆਪਣੀ ਸ਼ਿਕਾਇਤ ਦੇ ਨਾਲ ਹੀ ਸੈਮ ਇੰਡੀਆ ਦੇ ਰੀਜਨਲ ਹੈੱਡ ਵੱਲੋਂ ਪਿਛਲੇ ਸਾਲ ਬਠਿੰਡਾ ਦੇ ਡੀਸੀ ਅਤੇ ਐਸਐਸਪੀ ਨੂੰ ਕੀਤੀ ਗਈ ਸ਼ਿਕਾਇਤ ਦੀ ਕਾਪੀ ਵੀ ਨਾਲ ਭੇਜੀ ਹੈ, ਜਿਸ ਵਿੱਚ ਉਸਨੇ ਗੁੰਡਾ ਅਨਸਰਾਂ ਦੀ ਸ਼ਮੂਲੀਅਤ ਦੀ ਗੱਲ ਕੀ ਹੈ। ਵਿਰੋਧੀ ਧਿਰਾਂ ਨੇ ਕਾਂਗਰਸ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਮੁਤਾਬਕ ਉਹ ਬਜਟ ਸੈਸ਼ਨ ਦੇ ਦੌਰਾਨ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਣਗੇ। ਖਹਿਰਾ ਦੇ ਮੁਤਾਬਕ ਅਮਨਦੀਪ ਸਿੱਧੂ ਨੇ ਪੂਰੇ ਕਾਰੋਬਾਰ 'ਤੇ ਕਬਜ਼ਾ ਕਰ ਲਿਆ। ਸਿੱਧੂ ਨੇ ਪਲਵਿੰਦਰ ਪੱਪੀ ਅਦਨੀਆਂ ਦੇ ਰਾਹੀਂ ਸਾਰੇ ਇਲਾਕੇ ਦੇ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ। ਪੱਪੀ ਅਦਨੀਆਂ ਕੈਪਟਨ ਦੇ ਪੁੱਤਰ ਰਣਿੰਦਰ ਸਿੰਘ ਦਾ ਬੇਹੱਦ ਕਰੀਬੀ ਹੈ। ਉਧਰ ਰਣਿੰਦਰ ਸਿੰਘ ਮੁਤਾਬਕ ਪੱਪੀ ਅਦਨੀਆਂ ਉਹਨਾਂ ਦੇ ਨਾਲ ਜੁੜਿਆ ਰਿਹਾ, ਪਰ ਉਹ ਕਿਸੇ ਵੀ ਤਰ੍ਹਾਂ ਦੇ ਗੁੰਡਾ ਅਨਸਰਾਂ ਨੂੰ ਸ਼ੈ ਨਹੀਂ ਦੇ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਇਸ ਨੂੰ ਸਿਆਸੀ ਤੋਹਮਤਬਾਜ਼ੀ ਕਰਾਰ ਦਿੱਤਾ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਰਕਾਰ ਬਦਲਣ ਦੇ ਬਾਵਜੂਦ ਹਾਲਾਤ ਨਹੀਂ ਬਦਲੇ ਨੇ। ਜੋ ਇਲਜ਼ਾਮ ਪਹਿਲਾਂ ਅਕਾਲੀਆਂ 'ਤੇ ਲਗਾਏ ਜਾਂਦੇ ਸਨ, ਉਹਨਾਂ ਇਲਜ਼ਾਮਾਂ ਦਾ ਸਾਹਮਣਾ ਹੁਣ ਕਾਂਗਰਸ ਦੇ ਆਗੂ ਕਰ ਰਹੇ ਨੇ। ਸਵਾਲ ਇਹੀ ਹੈ ਕਿ ਆਖਰ ਕਿਵੇਂ ਗੁੰਡਾ ਟੈਕਸ 'ਤੇ ਲਗਾਮ ਲੱਗੇਗੀ ਅਤੇ ਅਜਿਹੇ ਮਾਹੌਲ 'ਚ ਕਿਵੇਂ ਬਾਹਰਲੀਆਂ ਕੰਪਨੀਆਂ ਪੰਜਾਬ 'ਚ ਨਿਵੇਸ਼ ਕਰਨਗੀਆਂ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।